सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। पंजाब सरकार वालों अज कणक की खरीद शुरू की गई सी। हुण असीं मुक्तसर दी अनाज मंडी विच खड़े हाँ। किसानां वालों जो बासमती झोना घरां विच सांभिया गया सीगा वो अज मंडी दे विच लिया रहे हैं। तुहानूं तस्वीरां विखाउणा चाहूँगा कि वेखो बासमती झोने के किस पासे पखा लग रहा, तोल हो रहा है, लेकिन मुक्तसर दी अनाज मंडी विच हजे कणक की आमद जिहड़ी नहीं शुरू हुई। जो भी आज ढेरियां पईआं आसे पासे सारियां ही झोने दीआं हन। मार्केट कमेटी का कहना कि असी सारे पुख्ता प्रबंध किए हुए हैं। इस टाइम साढ़े नाल एक जिमीदार है, उन्होंने तो पुछते हैं भी मार्केट कमेटी वालों जो प्रबंध किए गए हैं वो सही है। की नाम है जी थोड़ा? इंद्रजीत सिंह है जी। थोनू बासमती झोना लेके आए? हाँ जी हाँ जी, बासमती दे लेके। तो जेडे मार्केट कमेटी वालों जोड़ा पानी का प्रबंध है, सैनिटाइज का प्रबंध है, वो थोनू लगता भी इतने होया वै? ना जी, कोई नहीं होया। सेंट के रहा छिड़क गया, मुड़ गया उत्थे छिड़किया, पर इस पास छिड़किया नहीं इन्होंने। इतने ना तो पानी का कोई साधन है, ना ही इन्हों का कोई साफ सफाई का, कोई पशुआ का, सब कासे का सत्यानाश करता इन्होंने। ਤੁਹਾਨੂੰ ਲੱਗਦਾ ਵੀ ਮਾਰਕੀਟ ਕਮੇਟੀ ਦੇ ਹਜੇ ਕੋਈ ਪ੍ਰਬੰਧ ਨਹੀਂ ਕੀਤਾ? ਹੈ ਹੀ ਨਹੀਂ, ਚੱਜ ਦਾ ਪ੍ਰਬੰਧ ਹੀ ਨਹੀਂ। ਜਿਹੜੇ ਕਣਕ ਆਪਣੀ ਕੱਲ੍ਹ ਤੋਂ ਸ਼ੁਰੂ ਹੋ ਜਾਣੀ ਹੈ ਆਉਣ ਤੋਂ, ਤੁਹਾਨੂੰ ਉਹਨਾਂ ਬਾਰੇ ਦੱਸਿਆ ਗਿਆ ਹੈ ਵੀ ਕਣਕ ਦੇ ਪਾਸ ਕਿੱਥੋਂ ਮਿਲਣਗੇ, ਵੀ ਕਿਹਦੇ ਥਰੂ ਤੁਹਾਨੂੰ ਇਹ ਕਣਕ ਤੁਸੀਂ ਲਿਆਉਂਗੇ? ਉਹਦਾ ਸਾਨੂੰ ਦੱਸਿਆ ਗਿਆ ਵੀ ਆੜਤੀ ਦੇ ਥਰੂ ਆਊਗੀ ਕਣਕ ਪਾਸ ਵੀ ਉੱਥੇ ਮਿਲੂ, ਪਰ ਉਹ 50 ਕੁਇੰਟਲ ਨਾਲ ਸਾਡਾ ਸਰਨਾ ਨਹੀਂ। ਨਹੀਂ, ਇਹਨਾਂ ਦਾ ਕਹਿਣਾ ਵੀ 50 ਕੁਇੰਟਲ ਤਰੂ ਤਲੂਗੀ ਇੱਕ ਘਰ ਦੀ, 50 ਕੁਇੰਟਲ ਤਰੂ ਸਾਡੇ ਕੋਲ 45 ਕਿੱਲਿਆਂ ਦੀ ਹੈ। 45 ਕਿੱਲਿਆਂ 50 ਕੁਇੰਟਲ ਦੇ ਹਿਸਾਬ ਨਾਲ ਸਾਨੂੰ ਤਾਂ 3 ਮਹੀਨੇ ਲੱਗ ਜਾਣਗੇ। ਨਹੀਂ, ਤੁਸੀਂ ਇਹਨਾਂ ਨੂੰ ਪੁੱਛਿਆ ਵੀ ਜਿੱਦੇ ਮੈਨੂੰ ਪਾਸ ਮਿਲਿਆ ਵੀ ਮੈਂ ਉਹਦੇ 50 ਕੁਇੰਟਲ ਹੀ ਲਿਆ ਸਕਦਾ ਕਿ ਉਦੋਂ ਵੱਧ ਵੀ ਲਿਆ ਸਕਦਾ? ਇਹਨਾਂ ਨੂੰ ਪੁੱਛਿਆ ਸੀ, ਇਹਨਾਂ ਦਾ ਵੀ 11,000 ਸਾਡਾ ਚੱਲੀ ਜਾਂਦਾ, ਹੋ ਸਕਦਾ ਵੀ ਤੁਹਾਡਾ ਸਾਰਾ ਘਰੇ ਜਾ ਕੇ ਵੀ ਤੋਲ ਸਕੀਏ। ਜੇ ਨਾ ਇਹਨਾਂ ਨੇ ਘਰੇ ਤੋਲੇ ਫਿਰ ਸਾਡਾ ਤਾਂ ਜਿਹੜੀ ਫਸਲ ਆ ਸਾਡੀ ਉਹ ਤਾਂ ਖਤਮ ਹੋ ਗਈ। 50 ਕੁਇੰਟਲ ਦੇ ਹਿਸਾਬ ਨਾਲ ਸਾਡੀ ਕਿਸੇ ਜ਼ਿਮੀਦਾਰ ਦੀ ਵੀ ਨਹੀਂ ਤੋਲਦੀ, ਮਾੜੇ ਦਾ ਚੱਲ 5-10 ਕਿੱਲਿਆਂ ਵਾਲੀ ਤਾਂ ਤੋਲ ਜੂ, ਤਕੜੇ ਤਾਂ ਕਿਸੇ ਦੀ ਤੋਲਦੀ ਨਹੀਂ ਹੈ। ਮੰਡੀਆਂ ਦੇ ਵਿੱਚ ਅਸੀਂ ਸਫਾਈ ਵਗੈਰਾ ਕਰਵਾ ਲਈ ਹੈ, ਬਿਜਲੀ ਦਾ ਵੀ ਅਰੇਂਜਮੈਂਟ ਕਰਤਾ, ਅਤੇ ਸੈਨੇਟਾਈਜ਼ਰ ਵਗੈਰਾ ਦਾ ਵੀ ਅਰੇਂਜਮੈਂਟ ਕਰ ਲਿਆ ਗਿਆ, ਅਤੇ ਜਿਹੜਾ ਹੈਗਾ ਉਹ ਪਾਣੀ ਹੱਥ ਧੋਣ ਵਾਸਤੇ ਡਰੰਮ ਬਣਾਏ ਆ ਅਸੀਂ 300-300 ਲੀਟਰ ਦੇ, ਉਹ ਉੱਥੇ ਰੱਖਾਂਗੇ ਗੇਟਾਂ ਦੇ ਉੱਤੇ, ਸਾਬਣ ਸੂਬਰ ਰੱਖਾਂਗੇ ਨਾਲ ਨਾਲ, ਅਸੀਂ ਅਲੋਸਮੈਂਟ ਵਾਸਤੇ ਸਪੀਕਰ ਲਾਵਾਂਗੇ ਨਾਲ ਦੇ, ਅਲੋਸਮੈਂਟ ਕਰਦੇ ਰਹਿਣਗੇ, ਉਸ ਦੱਸੀ ਜਾਣੇ ਵੀ ਐਂ ਪਾਲਣਾ ਕਰੋ। ਕਿਸ ਤਰ੍ਹਾਂ ਦੀ ਅਨਾਊਂਸਮੈਂਟ ਕਰਾਈ ਜਾਏਗੀ? ਅਲੋਸਮੈਂਟ ਇਹ ਵੀ 2-2 ਘੰਟੇ ਬਾਅਦ ਹੱਥ ਧੋਵੋ ਅਤੇ ਡਿਸਟੈਂਸ ਬਣਾ ਕੇ ਰੱਖੋ ਆਪਦਾ, ਸੋਸ਼ਲ ਡਿਸਟੈਂਸ, ਦੂਰ ਦੂਰ 8-10 ਬੰਦੇ ਤੋਂ ਵੱਧ ਇਕੱਠੇ ਨਾ ਹੋਵੋ। ਸਰ, ਜਿਹੜੇ ਫੋਕਲ ਪੁਆਇੰਟ ਹੈ, ਫੋਕਲ ਪੁਆਇੰਟਾਂ 'ਚ ਆੜਤੀਆਂ ਨੇ ਜਾਣਾ ਜਾਂ ਜ਼ਿਮੀਦਾਰਾਂ ਨੇ ਜਿਹੜੇ ਨੇ ਆਉਣਾ, ਜਿਹੜੇ ਆੜਤੀ ਸ਼ਹਿਰੋਂ ਤੋਂ ਜਾ ਰਹੇ ਆ, ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਂਡਲ ਕਰ ਰਹੇ ਹੋ? ਉਹਨਾਂ ਨੂੰ ਅਸੀਂ ਪਾਸ ਦੇ ਰਹੇ ਹਾਂ ਬਣਾ ਕੇ, ਪਾਸ ਸਾਡੇ ਕੋਲ ਬਣ ਚੁੱਕੇ ਆ, ਕੁਛ ਆੜਤੀਆਂ ਲੈ ਵੀ ਚੁੱਕੇ, ਕੁਛ ਨੂੰ ਦੇਈ ਜਾਂਦੇ, ਅਸੀਂ ਦੱਸੀ ਜਾਂਦੇ ਭਾਈ ਉਹ ਪਾਸ ਲੈ ਜਾਓ ਆ ਕੇ ਬਣ ਕੇ। ਆੜਤੀਆਂ ਦਾ ਪਾਸ ਬਣਾਉਣੇ ਆ, ਕੋਈ ਤੋਲੇ ਦਾ, ਇੱਕ ਮਨੀਮ ਦਾ, ਅਤੇ 8-10 ਬੰਦੇ ਲੇਬਰ ਦੇ ਜਿਹੜੇ ਪਾਸ ਬਣਾ ਕੇ ਦੇਵਾਂਗੇ। ਕਈ ਮੰਡੀਆਂ ਹਜੇ ਤੀਕ ਜਿਹਦੇ ਉਹਨਾਂ ਦੀ ਸਾਫ਼ ਸਫਾਈ ਨਹੀਂ ਹੋਈ, ਅਤੇ ਉਹ ਹਾਲ ਅੱਜ ਦੀ ਘੜੀ ਤੀਕ ਜੀ ਵੀ ਉਹਨਾਂ ਦਾ ਬਹੁਤ ਮੰਦਾ ਹਾਲ ਹੈ, ਅਤੇ 15 ਤਰੀਕ ਨੂੰ ਆਪਣੀ ਵਾਢੀ ਸ਼ੁਰੂ ਹੋ ਰਹੀ ਹੈ, ਉਹਦੇ ਬਾਰੇ ਤੁਹਾਡਾ ਕੀ? ਉਹ ਅੱਜ ਸ਼ਾਮ ਤੱਕ ਸਾਰੀਆਂ ਮੰਡੀਆਂ ਹੀ ਕਲੀਅਰ ਕਰ ਦਿੱਤੀਆਂ ਜਾਣਗੀਆਂ ਜੇ ਕੋਈ ਰਹਿੰਦੀ ਵੀ ਹੈ। ਮੁਕਤਸਰ ਮੰਡੀ ਦਾ ਬਹੁਤ ਬੁਰਾ ਹਾਲ ਹੈ, ਜਿਸ ਤਰ੍ਹਾਂ ਕਿ ਟਰੱਕ ਖੜੇ ਹੋਏ ਆ, ਮੁਕਤਸਰ ਟਰੱਕਾਂ ਵਾਲਿਆਂ ਨੂੰ ਮੁੰਡਿਆਂ ਦੀ ਡਿਊਟੀ ਲਾ ਰਹੀ ਆ, ਭਜਾਈ ਜਾਂਦੇ ਆ, ਸਫਾਈ ਵਾਲੇ ਬੰਦੇ ਲੱਗੇ ਪਏ ਆ ਮੰਡੀ ਦੇ ਵਿੱਚ, ਜਿਹੜੀ ਮਾੜੀ ਮੋਟੀ ਮਿੱਟੀ ਮੁੱਟੀ ਉੱਡ ਕੇ ਪਹਿਲਾਂ ਮਸ਼ੀਨ ਨਾਲ ਸਫਾਈ ਕਰਵਾ ਦਿੱਤੀ ਗਈ ਕਰਨੀ। ਜਿਹੜਾ ਪਸ਼ੂ ਜਿਹੜੇ ਆਮ ਫਿਰਦੇ ਹਨ, ਟਰੱਕ ਖੜ੍ਹੇ ਆ, ਮਾਰਕੀਟ ਕਮੇਟੀ ਦਾ ਕਹਿਣਾ ਹੈ ਵੀ ਅਸੀਂ ਬਹੁਤ ਵਧੀਆ ਇੰਤਜ਼ਾਮ ਕੀਤੇ ਆ, ਲੇਕਿਨ ਦੂਰ ਦੂਰ ਤੱਕ ਤੁਸੀਂ ਨਿਗਾਹ ਮਾਰੋਗੇ ਵੀ ਕਿ ਮਾਰਕੀਟ ਕਮੇਟੀ ਵੱਲੋਂ ਨਾ ਤਾਂ ਕੋਈ ਸਫਾਈ ਦਾ ਪ੍ਰਬੰਧ ਹੈ, ਆ ਥਾਂ ਥਾਂ 'ਤੇ ਗੰਦ ਲੱਗਿਆ ਹੋਇਆ ਹੈ, ਕੁਛ ਕਿਸੇ ਚੀਜ਼ ਦੀ ਕੋਈ ਵੀ ਵਿਉਂਤਬੰਦੀ ਨਹੀਂ। ਦੂਰ ਤੱਕ ਨਿਗਾਹ ਮਾਰੋ ਤੁਸੀਂ ਵੀ ਟੱਠੇ ਟਰੱਕ ਸਾਰਾ ਸਮਾਨ ਖੜ੍ਹਾ ਹੈ। ਇਸ ਟਾਈਮ ਅਸੀਂ ਮੁਕਤਸਰ ਦੀ ਅਨਾਜ ਮੰਡੀ ਵਿੱਚ ਖੜ੍ਹੇ ਹਾਂ। ਦੈਨਿਕ ਸਵੇਰਾ ਲਈ ਗੁਰਿੰਦਰ ਸੇਖੋਂ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-648, 84374-94-648।